अज असी बेसन की बूंदी बनावांगे। इहदे वास्ते मैं छान के बेसन लै लिया है ते इधर मैं कढ़ाई दे विच तेल रख दिता है गर्म होण लई। एक पासे मैं चाशनी बन ली रख दित्ती होई है ते हुण असी बेसन की बूंदी बना। असी बेसन दे विच थोड़ा जिहा पानी मिक्स करांगे, थोड़ा थोड़ा करके पानी पावांगे ता जो ज़्यादा ना पै जावे। इहदा घोल तैयार कर लांगे। सारा इन्ना ज़्यादा मिक्स करना है कि इहदे विच जिहड़ियां गुठलियां ना बनन। चंगी तरह मिक्स करना है, थोड़ा जिहा होर पतला कर लांगे असीं। ਇਹਦੀ ਸਹਾਇਤਾ ਨਾਲ ਬਣਾਵਾਂਗੇ। ਚੰਗੀ ਤਰ੍ਹਾਂ ਗੁੱਠਲੀਆਂ ਕੱਢਣੀਆਂ ਵਿੱਚੋਂ ਸਹੀ ਮਿਕਸ ਕਰਨਾ ਹੈ। ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਫੂਡ ਕਲਰ ਪਾਵਾਂਗੇ, ਯੈਲੋ ਫੂਡ ਕਲਰ ਪਾਉਣਾ ਹੈ। ਥੋੜ੍ਹਾ ਜਿਹਾ ਹੀ ਪਾਉਣਾ ਹੈ, ਬਹੁਤ ਜ਼ਿਆਦਾ ਨਹੀਂ ਪਾਉਣਾ। ਚੰਗੀ ਤਰ੍ਹਾਂ ਮਿਕਸ ਕਰੋ। ਬਿਲਕੁਲ ਵਧੀਆ ਹੋ ਗਿਆ ਨਾ। ਹੁਣ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਪਾਵਾਂਗੀ, ਚੁਟਕੀ ਇੱਕੋ ਚੁਟਕੀ, ਐਂਡ ਫਿਰ ਮਿਕਸ ਕਰ ਲਾਂਗੇ। ਸਾਡਾ ਘੋਲ ਬਿਲਕੁਲ ਰੈਡੀ ਹੋ ਗਿਆ। ਆਹ ਦੇਖੋ, ਅਸੀਂ ਹੁਣ ਇਹਦੇ ਨਾਲ ਬੂੰਦੀ ਆਪਣੀ ਬਣਾਵਾਂਗੇ। ਸਾਡਾ ਤੇਲ ਗਰਮ ਹੋ ਰਿਹਾ ਹੈ, ਦੇਖਦੇ ਹਾਂ ਤੇਲ ਗਰਮ ਹੋ ਗਿਆ ਕਿ ਨਹੀਂ। ਮਾੜਾ ਜਿਹਾ ਪਾ ਕੇ ਦੇਖ ਲੈਂਦੇ ਹਾਂ ਤੇਲ ਗਰਮ ਹੋਇਆ ਕਿ ਨਹੀਂ। ਹੋ ਗਿਆ ਸਾਡਾ ਤੇਲ ਗਰਮ, ਬੂੰਦੀ ਤਿਆਰ ਕਰਨੀ ਹੈ। ਸਾਡੀ ਬੂੰਦੀ ਤਿਆਰ ਹੋ ਰਹੀ ਹੈ, ਤੇਲ ਜ਼ਿਆਦਾ ਗਰਮ ਚਾਹੀਦਾ ਹੈ। ਬੂੰਦੀ ਜਿੰਨੀ ਵਧੀਆ ਬਣੇਗੀ ਜਿੰਨਾ ਤੇਲ ਜ਼ਿਆਦਾ ਗਰਮ ਹੋਏਗਾ। ਬੂੰਦੀ ਬਣ ਗਈ ਹੈ, ਇਹਨੂੰ ਹੁਣ ਆਪਾਂ ਰਿਫਾਈਂਡ ਆਇਲ 'ਚੋਂ ਨਿਕਾਲ ਲੈਂਦੇ ਹਾਂ। ਇਹ ਗੱਲ ਦਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਬੂੰਦੀ ਪਾਣੀ ਆ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਲੈਣਾ ਆ, ਜਿਹਦੇ ਨਾਲ ਆਪਾਂ ਤਿਆਰ ਕਰਨੀ ਆ ਨਾ ਆਹ ਕੜਛੀ ਦੀ ਜਿਹੜੀ ਛਾਨਣੀ ਆਹ ਚੀਜ਼, ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਪਾਉਣੀ ਆ, ਧੋ ਕੇ ਸੁਕਾ ਕੇ ਫਿਰ ਪਾਣੀ ਵਿੱਚ। ਇਸੇ ਤਰ੍ਹਾਂ ਹੀ ਅਸੀਂ ਇਹਨੂੰ ਵੀ ਨਿਕਾਲ ਲੈਂਦੇ ਹਾਂ। ਸਾਡੀ ਬੂੰਦੀ ਬਣ ਗਈ ਹੈ ਵੀ, ਅਸੀਂ ਇਹਨੂੰ ਰਿਫਾਈਂਡ ਆਇਲ 'ਚੋਂ ਨਿਕਾਲ ਲੈਂਦੇ ਹਾਂ। ਸਾਰੀ ਕੱਟ ਲੈਣੀ ਚੰਗੀ ਤਾਂ ਜੋ ਸੜੇ ਇਹਨਾਂ ਵਿੱਚ। ਬੂੰਦੀ ਹੋ ਗਈ ਤਿਆਰ, ਗੈਸ ਨੂੰ ਆਪਾਂ ਕਰ ਦਿੰਦੇ ਹਾਂ ਬੰਦ ਤੇ ਇਹਨੂੰ ਅਸੀਂ ਕੱਢ ਲੈਂਦੇ ਹਾਂ। ਸਾਡੀ ਚਾਸ਼ਨੀ ਤਿਆਰ ਹੋ ਰਹੀ ਹੈ, ਚਾਸ਼ਨੀ ਬਣ ਲਈ ਤਿਆਰ ਰੱਖ ਦਿੱਤੀ ਹੈ। ਇਹਦੇ ਵਿੱਚ ਮੈਂ ਚੀਨੀ ਪਾਈ ਹੋਈ ਆ ਪਾਣੀ ਦੇ ਵਿੱਚ, ਤਿਆਰ ਹੋ ਰਹੀ ਆ ਤੇ ਹੁਣ ਅਸੀਂ ਬੂੰਦੀਆਂ ਜਿਹੜੀਆਂ ਬਣਾਈਆਂ ਇਹਦੇ ਵਿੱਚ ਪਾ ਦਾਂਗੇ। ਦੇਖੋ ਕਿੰਨੀ ਸੋਹਣੀ ਬਣੀ ਹੈ ਬੂੰਦੀ, ਸਾਰੀ ਆਪਾਂ ਇਹਦੇ ਵਿੱਚ ਬੂੰਦੀ ਪਾ ਦਾਂਗੇ।
ਨੂੰ ਅੱਛੀ ਤਰ੍ਹਾਂ ਮਿਕਸ ਕਰ ਦਾਂਗੇ। ਇਹ ਜਿਹੜਾ ਰਸ ਆ ਵਿੱਚ ਚਾਸ਼ਨੀ ਹੈ ਸਾਰੀ ਇਹਦੇ ਵਿੱਚ ਇਹਨੇ ਜੀਰ ਲੈਣੀ ਆ ਆਪਣੇ ਵਿੱਚ ਅਬਜ਼ੋਰਬ ਕਰ ਲੈਣੀ ਆ। ਇਹਨੂੰ ਅੱਧਾ ਕੁ ਘੰਟਾ ਇਸ ਤਰ੍ਹਾਂ ਪਏ ਰਹਿਣ ਦੇਵਾਂਗੇ ਅਤੇ ਬਿਲਕੁਲ ਬਣ ਕੇ ਸੁੱਕ ਜਾਣੀ ਹੈ, ਚਾਸ਼ਨੀ ਵਿੱਚ ਰਚ ਜਾਣੀ ਹੈ ਅਤੇ ਸਾਡੀ ਬੂੰਦੀ ਹੋ ਜਾਣੀ ਹੈ ਤਿਆਰ। ਬੂੰਦੀ ਬਣ ਕੇ ਤਿਆਰ ਹੋ ਗਈ ਹੈ। ਆਈ ਹੋਪ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗੀ ਹੋਏਗੀ। ਥੈਂਕ ਯੂ।